ਮਾਲਮੋਰੀ ਦੀ ਧਰਤੀ ਤੇ ਸ਼ਹੀਦਾਂ ਦਾ ਮੇਲਾ ਗੁਰੂਆਂ ਦੀ ਚਰਨ ਵਾਰਤ ਧਰਤੀ ਹੈ ਔਰ ਮੇਰੀ ਪੀਰੀ ਦੇ ਮਾਲਕ ਨੇ ਚਾਰ ਜੰਗਾਂ ਲੜੀਆਂ ਤੇ ਚਾਰੇ ਜਿੱਤੀਆਂ ਰੈਫਰੀ ਦਾ ਫੈਸਲਾ ਕੱਲ ਹੋਵੇਗਾ ਜਦੋਂ ਉਹਨੂੰ ਨੱਥ ਪਾਈ ਹੈ ਪਹਿਲਾਂ ਚੱਲਿਆ ਦੁਨੀਆਂ ਦੇ ਵਿੱਚ ਵੀਰ ਬਾਬਾ ਬੁੱਢਾ ਸਾਹਿਬ ਦੀ ਧਰਤੀ ਹੈ ਪੁੱਤਰਾਂ ਦੇ ਦਾਨੀਆਂ ਦੇ ਔਰ ਜੋ ਬਚਨ ਕੱਲ ਹੋਵੇ ਤੇ ਸਿੱਖ ਕੌਮ ਦੇ ਯੋਧੇ ਨੇ ਜਨਮ ਲਿਆ ਮੇਰੀ ਪੀਰੀ ਦੇ ਮਾਲਕ ਨੇ ਜਨਮ ਲਿਆ ਗੱਲ ਚੱਲਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਔਰ ਦੋ ਟੀਮਾਂ ਦੇ ਦਰਮਿਆਨ ਤਗੜਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੀ ਰੇਡ ਕਿਸ ਟੀਮ ਦੇ ਹਿੱਸੇ ਆਵੇਗੀ ਕਿ ਹੱਥ ਉੱਤੇ ਹੱਥ ਰੱਖ ਮਿਲਦੀ ਨਹੀਂ ਰੋਟੀ ਵਿਹਲਾ ਬੰਦਾ ਬੈਠਾ ਸੋਚਦਾ ਹੈ ਕਿਸਮਤ ਖੋਟੀ ਪਰ ਗੁਰੂਆਂ ਦੀ ਬਾਣੀ ਤਰ ਦਸਾਂ ਨਾਹਾਂ ਦੀ ਕਰਤ ਜਿਹੜਾ ਉਹਦੀ ਰਜਾ ਵਿੱਚ ਰਹਿੰਦਾ ਉਹਨੂੰ ਭਾਈ ਜਾਂਦਾ ਹੈ ਰੱਬ ਦੇ ਯਕੀਨ ਰੱਖ ਮਰਦਾ ਨਹੀਂ ਭੁੱਖਾ ਉਹ ਤਾਂ ਕੀੜਿਆਂ ਦੇ ਮੂੰਹ ਚ ਅੰਨ ਪਾਈ ਜਾਂਦਾ ਹੈ ਵੰਡ ਛਕੋ ਕਿਰਤ ਕਰੋ ਵੰਡ ਛਕੋ ਲਓ ਸਾਹਮਣੇ ਮੁਕਾਬਲਾ ਦੋ ਟੀਮਾਂ ਦੇ ਦਰਮਿਆਨ ਪਹਿਲੀ ਰੇਡ ਦਾ ਇੰਤਜ਼ਾਮ ਆ ਵੀ ਸੁਰਖਪੁਰੀਏ ਪਾਉਣਗੇ ਕਿ ਮਾਝਾ ਕਬੱਡੀ ਕਲੱਬ ਤਰਨ ਦੀ ਟੀਮ ਦੇ ਖਿਡਾਰੀ ਕਬੱਡੀ ਪਾਉਣਗੇ ਸਮੇਂ ਦਾ ਇੰਤਜ਼ਾਰ ਕਰਾਂਗੇ ਲਓ ਸਾਹਮਣੇ ਕਹਿੰਦੇ ਧੂੜ ਕੋਟਵਾ ਤਾਰਾ ਪਹਿਲੀ ਰੇਡ ਪਾਉਣ ਦੀ ਤਿਆਰੀ ਕਰਦਾ ਹੈ ਜਿਹੜੇ ਬਰਨਾਲੇ ਦੇ ਕਹਿੰਦੇ ਧੂੜ ਕੋਟ ਪਿੰਡ ਆਉਣਾ ਇਸ ਨੌਜਵਾਨ ਖਿਡਾਰੀ ਦਾ ਤੇ ਗੱਲਾਂ ਵੱਖਰੀਆਂ ਪੰਜਾਬ ਦੇ ਖੇਡ ਮੇਲਿਆਂ ਦੇ ਉੱਪਰ ਉਸ ਇਲਾਕੇ ਦੇ ਬਠਿੰਡੇ ਜ਼ਿਲ੍ਹੇ ਦੀਆਂ ਗੱਲਾਂ ਬਰਨਾਲੇ ਦੀਆਂ ਗੱਲਾਂ ਮੋਗੇ ਦੀਆਂ ਗੱਲਾਂ ਕਹਿੰਦੇ ਮਾਨਸੇ ਪਟਿਆਲੇ ਦੀਆਂ ਹੁੰਦੀਆਂ ਪੂਰੀ ਦੁਨੀਆਂ ਦੇ ਵਿੱਚ ਮੇਰੇ ਮਿੱਤਰੋ ਮੈਂ ਵੀ ਰਾਜ ਪਹਿਲੀ ਰੇਡ ਪੈ ਗਈ ਤੇ ਘਰ ਗੱਲ ਲਾਵੇਂਦਲੇ ਪਾਸੇ ਕਾਣਾ ਧੂੜ ਕੋਟੀ ਇਸ ਸਮੇਂ ਪਹਿਲੀ ਕਬੱਡੀ ਪਾਉਣ ਦੇ ਲਈ ਵੱਧ ਆਇਆ ਖੇਡ ਮੈਦਾਨ ਵਿੱਚ ਤਾਂ ਤਾਂ ਸ਼ਹੀਦਾਂ ਸਿੰਘਾਂ ਦੇ ਨਾਂ ਦੇ ਕਬੜੀ ਜ਼ੋਰਦਾਰ ਤਾੜੀ ਮਾਰ ਦਿਓ ਸਾਰੀ ਸੰਗਤ ਮੇਰੇ ਵੀਰੋ ਜਿਹਨਾਂ ਦੀ ਯਾਦ ਵਿੱਚ ਲੱਗੀਆਂ ਹੋਈਆਂ ਰੌਣਕਾਂ ਹੈ ਆਓ ਪਰਲੀ ਗਣੀ ਦੇ ਰਮਨਾ ਭਰਤੇ ਵਾਲਾ ਆ ਨੌਜਵਾਨ ਅੱਜ ਦੇਖਦੇ ਵੀ ਕੇਵਲ ਵੀ ਆਇਆ ਅਨਮੋਲ ਵੀ ਆਇਆ ਹੈ ਗੁਰਪ੍ਰੀਤ ਵੀ ਆਇਆ ਨਾਲ ਦੇਖਦੇ ਸਾ ਹੋ ਗਿਆ ਸ਼ੁਰਲੀ ਖੀਰਾ ਮਾਰੀਆ ਹੁਣ ਦੇਖਾਂਗੇ ਚੌਹਾਂ ਦੇ ਵਿੱਚੋਂ ਕਿਹੜਾ ਜਾਫੀਆ ਆ
ਭੂਰੀ ਪੱਟੂ ਦਾ ਵੀਰ ਕਬੱਡੀ ਪਾਇਆ ਹੈ ਐਨ ਪੱਟੂ ਦਾ ਵੀਰ ਭੂਰੀ ਕਬੱਡੀ ਪਾਇਆ ਪੱਟੂ ਵੀ ਮਹਾਨ ਖਿਡਾਰੀ ਆਪਣੇ ਸਮੇਂ ਦੀ ਖੇਡ ਦਾ ਬਹੁਤ ਵੱਡਾ ਨਾਮ ਹੈ ਸਾਡੀ ਖੇਡ ਕਬੱਡੀ ਦੀ ਤਸਵੀਰ ਦਾ ਪੈਂਦੀ ਹੋਈ ਪੱਟੂ ਦੇ ਵੀਰ ਦੀ ਦੇਰ ਹੈ ਇਧਰਲੇ ਬੰਨੇ ਸ਼ੁਰਲੀ ਹੈ ਸ਼ੁਰਲੀ ਹੈ ਸ਼ੁਰਲੀ ਸ਼ੁਰਲੀ ਖੀਰਾਂ ਵਾਲੀ ਹੈ ਬੜਾ ਨਵੇਕਲੇ ਦਾ ਨਾਮ ਰੱਖਿਆ ਮੈਂ ਦੱਸਿਆ ਤੁਸੀਂ ਆਪਣੇ ਇਸ ਖਿਡਾਰੀ ਦਾ ਅਗਲੀ ਰੇਡ ਕਹਿੰਦੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਹੈ ਇਹਨੂੰ ਦੁਨੀਆ ਗੱਜਰ ਗੱਜਰ ਕਹਿੰਦੀ ਹੈ ਇਹ ਗਰਾਊਂਡ ਵਿੱਚ ਯਾਦ ਗੱਜ ਗੱਜ ਕੇ ਰੇਡਾ ਪਾਉਂਦਾ ਹੈ ਲੋਕੀ ਕਹਿੰਦੇ ਜਿਹੜੇ ਗਾਇਦੇ ਉਹ ਵਰਦੇ ਨਹੀਂ ਹੁੰਦੇ ਇਹ ਗਾਇਦਾ ਵੀ ਹੈ ਇਹ ਵਰਦਾ ਵੀ ਹੈ ਇਹ ਗੱਜਦਾ ਵੀ ਹੈ ਇਹ ਵਰਦਾ ਵੀ ਹੈ ਅੱਜ ਕੱਲ੍ਹ ਕੇ ਉਹਨੇ ਗੱਜਣੋ ਹਟਾਦਾ ਲੱਗਦਾ ਉਹਨੇ ਗੱਜਣ ਦਾ ਟਾਪ ਲਵਾਦਾ ਫੜ ਕੇ ਆਹ ਬਾਲੇ ਬਾਲੇ ਹੋਈ ਪਈ ਹੈ ਪੈਂਦੀ
ਜੋਗਾ ਸਿਆ ਠੋਟ ਲਾ ਕੇ ਗੱਲਾਂ 5000 ਦੋ ਰਹਿ ਗਏ ਸਾਡੇ ਸਰਦਾਰ ਵੀਰ ਸਿੰਘ ਜੀ ਡੈਰੀ ਵਾਲੇ ਬੜੇ ਸਰਦਾਰ ਯੋਗ ਨੇ ਸਾਰਾ ਪਰਿਵਾਰ ਪਿੰਡ ਦੇ ਵਿੱਚ ਵੱਡਾ ਲਾਣਾ ਕਰਕੇ ਜਾਣਿਆ ਜਾਂਦਾ ਹੈ ਕੁਝ ਅਮਰੀਕਾ ਕੁਝ ਕੈਨੇਡਾ ਕੁਝ ਆਸਟ੍ਰੇਲੀਆ ਵਸਦੇ ਨੇ ਸਾਰੇ ਵੀਰ ਜੁਗਜੁਗ ਜੀ ਜਵਾਨੀਆਂ ਮਾਨਣ ਉਸਦੇ ਬਣੇ ਟੋਟੀਆਂ ਵਾਲਾ ਮਾਨ ਤੇ ਗੱਜਣ ਹੋਏ ਹੋਏ ਹੋਏ
ਕਦੀ ਨਹੀਂ ਕਹਾਂਗਾ, ਕਿੱਟੋ ਹੀ ਗੱਲ ਕਹੂੰਗਾ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਪੰਜਾਬ ਹਰਿਆਣੇ ਦਾ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਬੋਲੀ ਸੋਰ ਹਾਲ ਸਤਿ ਸ੍ਰੀ ਅਕਾਲ। ਸ਼ਿਕਾਰੇ ਉਹਨਾਂ ਲਈ ਆ ਜੋ ਦਿੱਲੀ ਸੰਘਰਸ਼ ਦੇ ਵਿੱਚ ਡਟੇ ਨੇ, ਸਾਡੀਆਂ ਮਾਤਾਵਾਂ ਭੈਣਾਂ ਸਾਡੇ ਬੱਚੇ ਬਜ਼ੁਰਗ ਸਾਡੇ ਫਤਿਹ ਵੀਰ ਧਾਰੀਵਾਲ ਉਹਨਾਂ ਵੱਲੋਂ ਵੱਡੇ ਮਾਰ ਪੈਰ ਪੁੱਜੇ ਹਨ, ਬੋਲਣ ਲਈ ਬਹੁਤ ਬਹੁਤ ਧੰਨਵਾਦ ਹੈ। ਸਰਦਾਰ ਜੀਤ ਸਿੰਘ ਜੀ ਡੈਰੀ ਵਾਲੇ ਉਹਨਾਂ ਨੇ ਵੱਡੇ ਮਾਰ ਪੈਰ ਪਾਸੋਂ ਦੇ ਨਾਲ ਬੋਲਣ ਲਈ ਕੋਈ ਕੀਤੇ ਹੈ, ਬਹੁਤ ਬਹੁਤ ਧੰਨਵਾਦ। ਸਾਡੀਆਂ ਸਰਕਾਰ ਜੋ ਸ਼ਖਸੀਅਤਾਂ ਦਾ ਜੋ ਹਾਫ ਸਮੇਂ ਦੇ ਸਕੋਰ ਨੇ, ਕਪੂਰਥਲੇ ਦੀ ਟੀਮ ਦੇ ਪੁਆਇੰਟ ਨੇ 27 ਤੇ ਤਰਨ ਤਾਰਨ ਦੀ ਟੀਮ ਦੇ ਪੁਆਇੰਟ ਨੇ, ਮਾਝਾ ਕਬੱਡੀ ਕਲੱਬ ਤਰਨ ਤਾਰਨ ਦੇ ਪੁਆਇੰਟ ਨੇ 25। ਸਾਡੇ 25 ਦੇ ਫਰਕ ਕਿੰਨਾ ਕਾ ਸਾਰਾ ਮਲ ਮੇਲ ਮਾਲੀ ਮਲ ਮੋਰੀ ਵਾਲੇ 2 ਪੁਆਇੰਟਾਂ ਦਾ ਫਰਕ ਹੈ ਸਾਰਾ, ਔਰ ਸਾਡੇ ਫਰਾਟਾ ਗਰਾਊਂਡ ਦੇ ਵਿੱਚ ਚੱਲ ਪਿਆ। ਤਾੜੀ ਮਾਰ ਦੋ ਫਰਾਟਾ ਫਰਾਟਾ, ਜਦੋਂ ਲੈਟ ਜਾਂਦੀ ਹੈ ਫਿਰ ਘਰਦਿਆਂ ਦੇ ਇਹ ਕੰਮ ਆਉਂਦਾ, ਕਿਉਂ ਸੰਦੀਪ ਹੱਸਿਆ ਨਾ ਕਰ ਕਿ ਵੀਰ ਹੈ ਪਿਆਰ ਹੈ ਜਾਂਦਾ ਰਹੇ। ਇਹਨੂੰ ਮੈਂ ਪੁੱਛਿਆ ਵੀ ਜ਼ਿੰਦਗੀ ਤੋਂ ਖੁਸ਼ ਹੈ, ਕਹਿੰਦਾ ਵੀ ਰੱਬ ਦੇ ਰੰਗਾਂ 'ਚ ਖੁਸ਼ ਹੈ। ਪਾਪੀ ਪੇਟ ਦਾ ਸਵਾਲ ਦਾ ਜ਼ਰੂਰ ਮਾਣ ਮਾਣ ਕਰਿਓ, ਜ਼ਿੰਦਗੀ ਜਾਣ ਆਈਦਾ ਕੱਟਣ ਨਹੀਂ ਆਈਦਾ। ਉੱਪਰ ਮੈਂ ਬੈਠਾ ਤੇ ਬੜੀਆਂ ਗੱਲਾਂ ਤੋਂ ਮੈਂ ਕੰਮ ਦੀਆਂ ਸਿੱਖੀਆਂ। ਪਾਣੀ ਪੀਣਾ ਆਉਂਦੀ ਹੈ, ਇਹ ਕਹਿੰਦਾ ਵੀ ਮੈਂ ਚੋਰੀ ਨਹੀਂ ਕਰਦਾ, ਮੈਂ ਮੰਗ ਕੇ ਨਹੀਂ ਖਾਂਦਾ, ਮੇਰੇ ਕੋਲ ਜੋ ਕਰਤੱਵ ਮੈਨੂੰ ਮੇਰੇ ਮਾਲਕ ਨੇ ਬਖਸ਼ਿਆ ਮੈਂ ਕਲਾ ਕਰਕੇ ਲੋਕਾਂ ਦੀ ਕਚਹਿਰੀ ਜਾਣਾ ਹੈ। ਜੋ ਮੈਨੂੰ ਲੋਕ ਦਿੰਦੇ ਆ ਮੈਂ ਆਪਣਾ ਰੋਜੀ ਰੋਟੀ ਕਰਾਂ, ਘਰ ਦੀ ਰੋਜੀ ਰੋਟੀ ਸਰਦਾਰਾਂ ਦੀ ਖੇੜੇ ਮੇਲੇ ਤੋਂ ਚੱਲਦੀ ਹੈ। ਇਹ ਭੁੱਖ ਵੀ ਕੈਸੀ ਚੀਜ਼ ਰੱਬਾ ਬੰਦੇ ਨੂੰ ਪੜ੍ਹਨੇ ਪਾ ਦੇਵੇ, ਜਦੋਂ ਆ ਜਾਵੇ ਕਦੇ ਆਪਣੀ ਆਈ ਤੇ ਰਾਜੇ ਤੋਂ ਭੀਖ ਮੰਗਾ ਦੇਵੇ। ਇਹ ਦੁਨੀਆ ਭੱਜੀ ਫਿਰਦੀ ਹੈ, ਜ਼ਿੰਦਗੀ ਵਿੱਚ ਬਹੁਤੀਆਂ ਥੋੜਾਂ ਨੇ, ਬੰਦਾ ਤਾਂ ਮੁੱਕਦਾ ਮੁੱਕ ਜਾਂਦਾ ਤਾਂ ਮੁੱਕਦਿਆਂ ਕਦੇ ਵੀ ਲੋੜਾਂ ਨੇ। ਇਹ ਮਜਬੂਰੀ ਕੈਸੀ ਚੀਜ਼ ਰੱਬਾ, ਬੰਦਾ ਰੋ ਦਿੰਦੀ ਹੈ ਚੋਟੀ ਦਾ, ਜੇ ਢਿੱਡ ਨਾ ਹੋਵੇ ਤੇ ਕੋਈ ਨਾ ਰੋਵੇ, ਇਹ ਮਸਲਾ ਸਾਰਾ ਰੋਟੀ ਦਾ। ਕੋਈ ਕਿੱਥੇ ਕਮਾਈ ਜਾਂਦਾ, ਕੋਈ ਕਿੱਥੇ ਕਮਾਈ ਜਾਂਦਾ, ਜਿੱਥੇ ਜਿੱਥੇ ਚੋਗ ਲਿਖਿਆ ਮਾਨ ਸਾਹਿਬ ਸਾਰੇ ਛੱਡਦੇ ਆ, ਕੌਣ ਕਿਸੇ ਦਾ ਖਾਂਦਾ, ਇਹ ਦਾਣਾ ਪਾਣੀ ਖਿੱਚ ਲਿਆਉਂਦਾ। ਅਸੀਂ ਤੁਹਾਡੇ ਪਿੰਡ ਆਏ ਹਾਂ, ਸਾਡਾ ਇੱਥੇ ਕੁਝ ਮੇਰੇ ਬਾਦਸ਼ਾਹ ਨੇ ਲਿਖਿਆ, ਮੇਰੇ ਬਾਬੇ ਨਾਨਕ ਨੇ ਲਿਖਿਆ, ਮੇਰੇ ਮੀਰੀ ਪੀਰੀ ਮਾਲਕ ਨੇ ਲਿਖਿਆ ਵੀ ਕੁਝ ਦਾਣਾ ਤੁਹਾਡੇ ਪਿੰਡ ਇਸ ਧਰਤੀ ਤੇ ਚੋਗ ਚੁਗਣ ਲਈ ਆਏ ਹੈ। ਨਾ ਉਹ ਸਾਹਮਣੇ ਪੈਂਦੀ ਹੋਈ ਰੇਡ, ਇਹ ਆ ਡਬੋਰਜੀ ਵਾਲਾ ਦੀਪ ਤੇ ਕਾਰਗਲ ਨਾਲ ਜਾਂਦਾ ਹੈ, ਦੀਪ ਡਬੋਰਜੀ ਵਾਲਾ ਐਕਸ਼ਨਾਂ ਵਾਲੀ ਮਸ਼ੀਨ ਹੈ। ਉਧਰ ਜੋਗਾ ਸਿੰਘ ਜੀ ਖੜੂਰ ਸਾਹਿਬ ਦੋਨਾਂ ਬੁਲਾਰਿਆਂ ਦੇ ਲਈ ਵੱਡਾ ਮਾਣ ਪਿਆਰ ਭੇਜ ਕੇ ਬਹੁਤ ਧੰਨਵਾਦ ਕਰ ਰਹੇ ਹੈ। ਲਓ ਉਹਦੇ ਪਾਸੇ ਫੇਰ ਕਬੱਡੀ ਕਾਲੇ ਦੀ ਪੈ ਚੁੱਕੀ ਹੈ, ਧੂੜ ਘੁੱਟ ਕੇ ਦੀ ਖੇਡ ਮੈਦਾਨ ਵਿੱਚ, ਕਿ ਖਤਰਿਆਂ ਨਾਲ ਜੋ ਖੇਡ ਦਾ ਸ਼ੌਕ ਰੱਖਦੇ ਸੂਰਮੇ ਚਮੜੇ ਨੇ ਪੰਜਾਬ ਵਿੱਚ ਨਿੱਤ ਲੋਕੋ ਰਾਜੇ ਖੇਲੇ ਜੋ ਮਰਦ ਦਲੇਰ ਹੁੰਦੇ ਉਹੀ ਮਿਧਰੇ ਮੈਦਾਨਾਂ ਦੀ ਹਿੱਕ ਲੋਕੋ ਆਓ ਦਿਸਦੇ ਉਤਲੇ ਪਾਸੇ ਜਾਂਦਾ ਜਾਂਦਾ ਆਓ ਦਿਸਦੇ ਖੇਡ ਮੈਦਾਨ ਵਿੱਚ ਬੱਲੇ 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 ਆਓ ਦੇਖੋ ਫਿਰ ਉਤਲੇ ਪਾਸੇ ਟੱਕਰ ਬੱਬਰ ਸ਼ੇਰਾਂ ਦੀ ਆਓ ਤਾੜੀਆਂ ਵੱਜਣਗੀਆਂ 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 ਆਓ ਤਾੜੀਆਂ ਤਾੜੀ ਅਮਲੀ ਦੀ ਡੱਬੀ ਵਿੱਚੋਂ ਫੀਮ ਮੁੱਕ ਜੇ
ਉੱਪਰ ਸਾਂਝ ਪਾਵੇਗਾ ਸਾਡਾ ਵੀਰ ਵੀਰੀ ਵੀਰੀ ਦੇ ਮਾਰਗ ਦੀ ਧਰਤੀ ਆ ਵੱਡਾ ਘਾਟਾ ਵੱਡਾ ਮੇਲਾ ਕਿਸਾਨ ਵੀ ਦੂਰ ਇਹਦਾ ਜਾਂ ਬੂਟੇ ਪੈ ਨਿਕਲ ਜਿੰਦਾਬਾਦ ਆ ਜਿੰਦਾਬਾਦ ਰਹੂਗੀ ਲਓ ਚਾਰ ਜੱਫੀ ਟਾਰ ਨੇ ਕਹਿੰਦੇ ਮੁੰਡਾ ਮਾਲਵੇ ਤੋਂ ਆਇਆ ਹੈ ਵੀ ਬੰਦੂਕ ਲਈ ਤੇਰੇ ਜੱਫੇ ਵੀ ਰਦੀਸ ਨਹੀਂ ਤਾਂ ਹੋਏ ਆ 5000 ਨੂੰ ਦੂਰੋਂ ਪੈਂਦੇ ਆ ਆਓ ਸਾਹਮਣੇ ਪਾਉਣ ਜਿਹੜਾ ਗੱਭਰੂ ਜੱਸਾ ਭਾਣਾ ਆਪਣੀ ਟੀਮ ਦੇ ਸੇ ਜੋੜ ਆਇਆ ਇਹ ਟੀਮ ਹੈ ਸਾਡੇ ਲਾਲੀ ਸਿੱਧੂ ਹੋਰਾਂ ਦੀ ਯਾਦ ਬਣਾਉਣੇ ਦੀ ਟੀਮ ਹੈ ਜੱਸੇ ਫੌਜੀ ਭਰਾ ਦੀ ਟੀਮ ਹੈ ਲਾਲਪੁਰੀਏ ਮਾਨੇ ਹੋਰਾਂ ਦੀ ਟੀਮ ਹੈ ਮਹਾਰਾਜ ਸਾਡੀ ਖੇਡ ਕਬੱਡੀ ਦਾ ਉਦੋਂ ਵੀ ਬਣੇ ਪੈਂਦੀ ਹੋਈ ਕਬੱਡੀ ਹੈ ਭਰਾ ਸਾਡਾ ਬੱਜਿਆ ਦਾ ਜ਼ਰੂਰ ਆਪਾਂ ਮਾਣ ਸਨਮਾਨ ਕਰਨਾ ਹੈ ਇਹ ਸਾਡਾ ਝਬਾਲ ਤੋਂ ਆਉਂਦਾ ਦਿਆਲਪੁਰੀ ਪਿੰਡ ਤੋਂ ਆਉਂਦਾ ਆਪਾਂ ਜ਼ਰੂਰ ਹੈਂਡੀਕੈਪ ਭਰਾ ਦਾ ਮਾਣ ਸਨਮਾਨ ਕਰਨਾ ਹੈ ਦਿਆਲਪੁਰੀਆ ਹਾਸਾ ਖੇਡਾਂ ਚੱਲਦਾ ਰਹਿੰਦਾ ਗੁੱਸਾ ਨਾ ਕਰ ਲਈ ਦਿਲ ਤੇ ਨਾ ਲਾ ਲਈ ਬੜਾ ਵਧੀਆ ਸਾਰ ਯੋਗੇ ਬਾਈ 35 ਦੇ 35 ਸੱਤ ਦੇ ਕੇ ਆਈ ਆਦੇ ਨੂੰ 7000 ਰੁਪਇਆ ਖਲੂਰ ਸਾਹਿਬ ਦੇ ਯੋਗੇ ਬਾਈ ਵੱਲੋਂ ਹੈ ਯੋਗੇ ਪਾ ਲਓ ਬੱਜੀ 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 ਹੱਥ ਪਾਸੇ ਮਲੂਕ ਅਲੀ ਦੇ ਜੱਫੇ ਮਲੂਕ ਅਲੀ ਦੇ ਜੱਫੇ ਵੀ 5000 ਦੇ ਆ ਜਾ ਮਲੂਕ ਮੰਗਣਾ ਪੈਣਾ ਨਾ ਵੀ ਹੋ ਜਾਣਾ ਇਧਰ ਹੱਟ ਯਾਰਾ ਪਿੱਛੇ ਪਿੱਛੇ ਹੱਟ ਔਰ ਹੋਈ ਜਾਂਦਾ ਮੈਚ ਜਿਹਨੂੰ ਸਾਨਾ ਵਾਲਾ ਭੇੜ ਕਹਿੰਦੇ ਜਾਫੀਆਂ ਦੇ ਧਾਵੀਆਂ ਦਾ ਜਿਹਨੂੰ ਗੇੜ ਗੇੜ ਕਹਿੰਦੇ ਦੁਨੀਆਂ ਦਾ ਮਾਣ ਹੈ ਮੇਰੇ ਮਿੱਤਰ ਦੋਵੇਂ ਟੀਮਾਂ ਲਾਲਪੁਰੀਏ ਮੰਨੇ ਹੋਣਾ ਦਾ ਦਿਲ ਦੀਆਂ ਕਰਾਣੇ ਜੋ ਧਰਮਰ ਹੈ ਸੁਰਖਪੁਰੀਏ ਯਾਦੇ ਦਾ ਮਹਿੰਦਰ ਸਿੰਘ ਦਾ ਆਹ ਪਾਲੇ ਭਰਾ ਹੋਣਾ ਦਾ ਜਿਹਨਾਂ ਨੇ ਟੀਮ ਸਿਰੇ ਦੀ ਬਣਾਈ ਹੋਈ ਹੈ ਬਾਜੂ ਬੇਟਿਆਂ ਵਾਲਾ ਅੱਜ ਕੱਲ੍ਹ ਕਹਿੰਦੇ ਦੁਨੀਆਂ ਦੇ ਸੁਪਰ ਲੈ ਕੇ ਆਉਣਾ ਹੈ ਜੁਗਾ ਸਿੱਧੂ ਕੰਮ ਛੱਡ ਕੇ ਔਰ ਇਹ ਕਬੱਡੀ ਦਾ ਮਾਣ ਬਣਦਾ ਹੈ ਮੱਖਣ ਸਿੰਘ ਦਾ ਵੀਰ ਜੀਤ ਸੰਧੂ ਵੀ ਆਇਆ ਹੋਇਆ ਹੈ ਆਓ ਸਾਹਮਣੇ ਆਹ ਮੁੰਡੇ ਦੇ ਜੱਫਿਆਂ ਦਾ ਵੀ 5000 ਆਹ ਮੁੰਡੇ ਦੇ ਜੱਫਿਆਂ ਦਾ ਇਹਨੂੰ ਪਹਿਲੀ ਦੁਨੀਆਂ ਜੀਤਾ ਸੁਨਿਆਰਾ ਜਦੋਂ ਲਾਉਂਦਾ ਜੱਫਾ ਤੇ ਆਉਂਦਾ ਬੜਾ ਨਜ਼ਾਰਾ ਇਹਨੂੰ ਪਹਿਲੀ ਦੁਨੀਆਂ ਜੀਤਾ ਹੁਣ ਸੁਨਿਆਰਾ ਹੁਣ ਸੁਨਿਆਰੇ ਦਾ ਜੱਫਾ 3 ਜੱਫੇ 5000 ਦੇ ਆ ਸੁਰਖਪੁਰੀਆ ਗਿਣ ਕੇ ਰੱਖੀ ਜਾਣ ਜੋਗਿਆ ਬਾਅਦ ਵਿੱਚ ਪੈਸੇ ਡੈਰੀ ਵਾਲੇ ਨੇ ਦੇਣੇ ਆ ਪਹਿਲੀ ਕਬੱਡੀ ਦੇ ਮੰਦਰੀ ਪ੍ਰਕਾਰ ਗੱਲ ਆ ਮੁੰਡੇ ਨੇ ਕਹਿੰਦੇ ਚੜਾਈ ਆ ਮੇਰੇ ਪੰਜਾਬੀ ਵੀਰੋ ਮਾਲਵੇ ਦੇ ਵਿੱਚ ਘਰਾਂ ਘਰਾਂ ਵਿੱਚ ਚੜਦੇ ਆ ਪਰ ਆ ਕਹਿੰਦੇ ਇਹ ਬਾਹੂ ਰਾਈ ਵਾਲੀ ਦੇ ਪਿੰਡ ਰਵੀ ਆ ਦੇ ਬੰਨੇ ਮੈਨੂੰ ਲੱਗਦਾ ਦਿਲ ਉਦੋਂ ਤੱਕਦਾ ਕਰਦਾ ਜਦੋਂ ਜਾਫੀ ਰੇਟ ਨੂੰ ਫੜਦਾ ਮਲ ਮੋਰੀ ਵਾਲੇ ਵਿੱਚ ਨਿੰਮ ਤੇ ਕਰੇਲਾ ਚੜਦਾ ਹੋਵੇ ਚਾੜਦਾ ਅਗਲੇ ਨੇ ਆਹ ਲਾਦਾ ਸਿਰੇ ਦਾ ਜੱਫਾ ਉਧਰ ਸਿਵਰ ਮਾਨ ਵੀ ਕਹਿੰਦੇ ਮਲੂਕ ਦੇ ਜੱਫਿਆਂ ਦੇ ਮਾਇਆ ਲੱਗੂਗੀ ਆਹ ਬੰਦ ਕਰਾ ਯਾਰ ਪੁੱਛੋ ਜੀ ਨੇ ਚਾਹੇ ਨੂੰ ਬੰਦ ਕਰੋ ਯਾਰ ਆ ਮੇਰਾ ਮਨ ਕਰਿਆ ਰੰਗ ਰੰਗ ਚ ਭੰਗਣਾ ਪਾ ਮੁੜ ਕੇ ਚਲਾ ਲਈ ਜਿੰਨੇ ਮਰਜ਼ੀ 5000 ਰਵੀ ਸਾਹੂ ਕਹਿੰਦੇ ਜੱਫਿਆਂ ਦਾ ਵੀ ਲਾਦਾ ਸਰਦਾਰ ਜੋਗਾ ਸਿੰਘ ਜੀ ਖਲੂਰ ਸਾਹਿਬ ਵਾਲੇ ਸਰਦਾਰ ਜੀਤ ਸਿੰਘ ਜੀ ਡੈਰੀ ਵਾਲਾ ਪਰਿਵਾਰ ਉਹਨਾਂ ਦੇ ਵੱਲੋਂ ਲੱਗ ਗਿਆ ਥੋੜਾ ਲਾਲੀ ਵੀਰਾਂ ਨੂੰ ਪਿੱਛੇ ਕਰ ਮਾਣਕ ਪਲੇਅਰ ਆਪਣੇ ਭਰਾ ਨੇ ਸਾਰੇ ਥੋੜਾ ਸਾਈਡ ਤੇ ਘਰ ਜਾਣ ਜੋਗਿਆ ਜਾਂਦੇ ਰਹਿਣ ਵਸਦੇ ਰਹਿਣ ਜਵਾਨੀਆਂ ਮਾਰਨ ਉਧਰਲੇ ਬੰਨੇ ਕਬੱਡੀ ਆਓ ਕਹਿੰਦੇ ਕਾਲਾ ਪਾ ਕੇ ਵਾਪਸ ਆ ਗਿਆ ਸਾਹੂ ਕਿਆ ਮਾਰਿਆ ਤੇਰੇ ਜੱਫੇ 3 ਰੁਪਇਆ 5000 ਸਰਦਾਰ ਜੀਤ ਸਿੰਘ ਜੀ ਡੈਰੀ ਵਾਲੇ ਕਹਿੰਦੇ ਮਨਦੀਪ ਕਾਰ ਗੱਲ ਪੈਂਦੀ ਜੱਸੇ ਭਾਣੇ ਦੀ ਕਬੱਡੀ ਪੈ ਰਹੀ ਮੈਚ ਕਹਿੰਦੇ ਪੂਰਾ ਖੜਕਾ ਦਰਕ ਹੋ ਰਿਹਾ ਰਣਜੀਤ ਸਿੰਘ ਜੀ ਡੈਰੀ ਵਾਲੇ ਨਾਲ ਸਰਦਾਰ ਸੋਹ ਸਿੰਘ ਜੀ ਕਹਿੰਦੇ ਇਹਨਾਂ ਦੇ ਪੁੱਤਰ ਵੀ ਗੱਲ ਚੱਲਦੀ ਅਮਰੀਕਾ ਦੇ ਕਹਿੰਦੇ ਆਸਟ੍ਰੇਲੀਆ ਦੇ ਖੇਡ ਮੈਦਾਨ ਦੇ ਵਿੱਚ ਚਾਰ ਜੱਫੀ ਪਿਆਰ ਨੇ ਉਹ ਕਬੱਡੀ ਉਹ ਬੱਲੇ 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 ਦੂਜਾ ਜੱਫਾ ਹੋ ਗਿਆ ਦੋ ਜੱਫੇ ਸੁਨਿਆਰੇ ਦੇ ਹੋ ਗਏ ਆ ਇੱਕ
ਦੱਸੇ ਭਾਰੇ ਦੀ ਕਬੱਡੀ ਪੈ ਗਈ ਮੇਰੇ ਵੀਰੋ ਚਾਰ ਜਾਫੀ ਤਿਆਰ ਨੇ ਸ਼ੰਕਰ ਸੱਤ ਵਾਲਾ ਉਮਰ ਘਮਾਉ ਵੀ ਪੁੱਜਿਆ ਹੋਇਆ ਨਾਲ ਜੋਧਾ ਸੁਖਪੁਰ ਵੀ ਪੁੱਜਿਆ ਹੋਇਆ ਉਹ ਕਬੱਡੀ ਪੈ ਗਈ ਨਜ਼ਾਰਾ ਪੁੱਜਿਆ ਪਿਆ ਉਹ ਨਜ਼ਾਰਾ ਪੁੱਜਿਆ ਪਿਆ ਲੈ ਵੀ ਆਦਿਆ ਜੋਗਾ ਖਲੂਰ ਸਾਹਿਬ ਵਾਲਾ ਕਹਿੰਦਾ ਪੰਜ ਹਜ਼ੂਰ ਹੋਰ ਤੋਂ ਕੋਈ ਆਦੇ ਦੇ ਪਿਆ ਵਾ ਲੈ ਵੀ ਆਦਿਆ ਪੰਜ ਹੋਰ ਲਾਦਾ ਵੀ ਤੂੰ ਤੰਗ ਸੁਖਾ ਰਾਵਾ ਕੀਪਾ ਟਾਂਡਾ ਮਾਰ ਕਰਦਾ ਮੁੰਡਿਆ ਪਹਿਲਾਂ ਦੁਨੀਆਂ ਦੇ ਵਿੱਚ ਹੁੰਦੀਆਂ ਦੁਨੀਆਂ ਬਣੇ ਫਿਰ ਬਣਾ ਦੀ ਵੱਡੀ ਗੱਲ ਹੈ ਲਾਡੀ ਭਲੇਰ ਸੋਸਣ ਵਾਲਾ ਪਹਿਲਾਂ ਵੱਡੀਆਂ ਕਰਦਾ ਸੁੱਖ ਘਰਿਆਲੀ ਵਸਦਾ ਦੁਬਈ ਦੇ ਵਿੱਚ ਜਿਹਦੀ ਯਾਰੀ ਆ ਨਿਸ਼ਾਨ ਅਮਰੀਕਾ ਕਿੰਦਰ ਵੀਰ ਅਮਰੀਕਾ ਨਾਲ ਰਾਣੇ ਪਾਠ ਸਾਡਾ ਦਿਲੋਂ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਸਾਡੀ ਖੇਡ ਕਬੱਡੀ ਦੀਆਂ ਪੈਂਦੀ ਫਿਰ ਰੇਲ ਚਾਰ ਤਿਆਰ ਨੇ ਮਲੋਕ ਅਲੀ ਜੱਫੇ ਤਿੰਨ ਰੁਪਈਆ ਪੰਜ ਹਜ਼ਾਰ ਰੇਲ ਦਮੋਰਜੀ ਵਾਲੇ ਦੀਪ ਦੀ ਪੈ ਰਹੀ ਆ ਹਟੋ ਪਾਸੇ ਹਟੋ ਬਾਜੂ ਉੱਠੋ ਬਾਜੂ ਉੱਠੋ ਬਾਜੂ ਉੱਠੋ ਬਾਜੂ ਉੱਠੋ ਬਾਜੂ ਭਜਾਲ ਆ ਜਾਣਾ ਭਜਾਲ ਉੱਪਰ ਦੀ ਤੇ ਪਹਿਲਾਂ ਭਜਾਲ ਥੱਲੇ ਦੀ ਨੇ ਤੂਫਾਨ ਉੱਤੇ ਦੀ ਪਰ ਜਦੋਂ ਡਿੱਗਦਾ ਜਾਂਦੇ ਆ ਪਿੱਛੋਂ ਪਤਾ ਲੱਗਦਾ ਵੀ ਕੀ ਕੁਝ ਤਬਾਹ ਹੋਇਆ ਇੱਕ ਗੁੱਸਾ ਇੱਕ ਤੂਫਾਨ ਇੱਕ ਭਜਾਲ ਇਹ ਜਾਲ ਤੋਂ ਪਤਾ ਲੱਗਦਾ ਵੀ ਕੀ ਕੁਝ ਤਬਾਹ ਕਰਦੇ ਆ ਮਨ ਠੰਡਾ ਰੱਖਿਆ ਕਰੋ ਸ਼ਾਂਤ ਰੱਖਿਆ ਕਰੋ ਔਰ ਪੈਂਦੀ ਰੇਲ ਹੋਰ ਸਾਡੇ ਮੰਦੀ ਜਿਹੜੇ ਕਹਿੰਦੇ ਡੇਰਾ ਬਾਬਾ ਨਾਨਕੋਲਾ ਗੁਰਦਾਸਪੁਰ ਇੱਕ ਮੰਡੀ ਮਾਰਿਆ ਇਹ ਮੁੰਡਾ ਕਹਿੰਦੇ ਛਿੰਦੇ ਚਲੋ ਕਿ ਵਿਰੋਧ ਕੈਨੇਡਾ ਦੇ ਮੈਦਾਨਾਂ 'ਚ ਖੇਡਿਆ ਧਰਨ ਵਾਲੇ ਕਹਿੰਦੇ ਦਿਲਬਾਗ ਸਿੰਘ ਜੀ ਨੰਬਰ ਦੱਸਦਾ ਡਾਕਟਰ ਸੁਨੇਹਾ ਫੜਾਉਂਦਾ ਉਹ ਰੇਲ ਪੈ ਗਈ ਤੇ ਫੇਰ ਜੀਤਾ ਉਹ ਜੱਫੇ ਦੀ ਮਸ਼ੀਨ ਆ ਉਹ ਜੱਫੇ ਦੀ ਮਸ਼ੀਨ ਆ ਬੱਲੇ ਜੀਤਾ 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 ਦੇ ਗੱਜਣ ਗੱਜਣ ਦੇ ਜੀਤਾ ਹਟੋ ਪਾਸੇ ਜੀਤੇ ਦੇ ਜੱਫਿਆਂ ਦਾ ਵੀ ਸਰਦਾਰ ਜੀਤ ਸਿੰਘ ਜੀ ਡੈਰੀ ਵਾਲੇ ਕਹਿੰਦੇ ਪੰਜ ਹਜ਼ਾਰ ਦੇਣਾ ਹੈ ਉਧਰ ਦੇ ਬਾਰੇ ਭੁਪਿੰਦਰ ਆਈ
ताली सत ना पड़न पर जित हार या कभी जित हार नहीं चाहते रहन कोच चाहते रहन खिलाड़ी चाहते रहने प्रमोटर चाहती रहे प्रबंध कमेटी हमारी भरा।